ਸ਼੍ਰੀ ਗੁਰੂ ਨਾਨਕ ਦੇਵ ਜੀ ਬਚਪਨ ਵਿੱਚ ਹੀ ਇੱਕ ਅਨੋਖੇ ਬਾਲਕ ਸਨ। ਗੁਰੂ ਸਾਹਿਬ ਦੀਆਂ ਖੇਡਾਂ ਤੇ ਖਿਡਾਉਣੇ ਵੀ ਆਮ ਬੱਚਿਆਂ ਨਾਲੋਂ ਵੱਖਰੇ ਸਨ। ਗੁਰੂ ਸਾਹਿਬ ਬਹੁਤ ਛੋਟੀ ਉਮਰ ਵਿੱਚ ਹੀ ਗਿਆਨ ਦੀਆਂ ਗੱਲਾਂ ਕਰਨ ਲੱਗ ਗਏ ਸਨ। ਜਿਹੜਾ ਵੀ ਵਿਅਕਤੀ ਪਰਮਾਤਮਾ ਬਾਰੇ, ਮਨੁੱਖੀ ਜੀਵਨ ਬਾਰੇ ਜਾਂ ਮਨੁੱਖ ਦੇ ਜਨਮ ਮਰਨ ਬਾਰੇ ਗੱਲ ਕਰਦਾ, ਗੁਰੂ ਸਾਹਿਬ ਨੂੰ ਬਹੁਤ ਚੰਗਾ ਲੱਗਦਾ। ਸਾਧੂ ਮਹਾਤਮਾ ਵੀ ਗੁਰੂ ਸਾਹਿਬ ਨੂੰ ਬੜੇ ਪਿਆਰੇ ਲੱਗਦੇ। ਉਹਨਾਂ ਦੀ ਸੇਵਾ ਕਰਨਾ ਗੁਰੂ ਸਾਹਿਬ ਬਹੁਤ ਚੰਗਾ ਸਮਝਦੇ ਸਨ। ਗੁਰੂ ਸਾਹਿਬ ਆਪਣੇ ਹਾਣ ਦੇ ਬੱਚਿਆਂ ਨਾਲ ਜਦੋਂ ਖੇਡਣ ਜਾਂਦੇ ਤਾਂ ਉਹਨਾਂ ਨੂੰ ਅਜੀਬ ਪ੍ਰਕਾਰ ਦੀਆਂ ਖੇਡਾਂ ਵਿੱਚ ਜੋੜ ਲੈਂਦੇ। ਬਾਲਾ ਪ੍ਰੀਤਮ ਦੀ ਆਵਾਜ਼ ਬੜੀ ਮਿੱਠੀ ਅਤੇ ਸੁਰੀਲੀ ਸੀ। ਗੁਰੂ ਸਾਹਿਬ ਜਦ ਸਾਧੂ ਸੰਤਾਂ ਨੂੰ ਗਾਉਂਦੇ ਅਤੇ ਝੂਮਦੇ ਵੇਖਦੇ ਤਾਂ ਹੂ ਬਹੂ ਉਹਨਾਂ ਦੀ ਨਕਲ ਕਰਦੇ, ਆਪ ਵੀ ਗਾਉਂਦੇ ਤੇ ਦੂਸਰੇ ਬੱਚੇ ਉਹਨਾਂ ਦੇ ਪਿੱਛੇ ਪਿੱਛੇ ਗਾਉਂਦੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਤਰ੍ਹਾਂ ਨਾਲ ਗਾਉਣਾ ਅਜੀਬ ਨਜ਼ਾਰਾ ਬਣ ਦਿੰਦਾ ਸੀ। ਪਿੰਡ ਦੇ ਹਾਕਮ ਰਾਏ ਬੁਲਾਰ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਰਾਏ ਬੁਲਾਰ ਇੱਕ ਦਿਨ ਗੁਰੂ ਜੀ ਦੀ ਖੇਡ ਵੇਖਣ ਲਈ ਆਏ। ਰਾਏ ਬੁਲਾਰ ਆਪਣੀ ਘੋੜੀ ਤੋਂ ਉੱਤਰ ਕੇ ਬੜਾ ਚਿਰ ਉੱਥੇ ਖੜੇ ਵੇਖਦੇ ਰਹੇ, ਪਰ ਗੁਰੂ ਸਾਹਿਬ ਆਪਣੀ ਧੁਨ ਵਿੱਚ ਮਸਤ ਗਾਉਂਦੇ ਰਹੇ ਅਤੇ ਉਹਨਾਂ ਦੇ ਸਾਥੀ ਵੀ ਸੁਰ ਨਾਲ ਸੁਰ ਮਿਲਾਉਂਦੇ ਰਹੇ। ਰਾਏ ਬੁਲਾਰ ਇਹ ਸਭ ਵੇਖ ਕੇ ਬਹੁਤ ਹੈਰਾਨ ਹੋਇਆ ਤੇ ਉਹਨਾਂ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਠੀਕ ਹੀ ਇਹ ਬਾਲਕ ਰੱਬ ਦਾ ਰੂਪ ਹਨ। ਰਾਏ ਬੁਲਾਰ ਧਾਰਮਿਕ ਖਿਆਲਾਂ ਦੇ ਵਿਅਕਤੀ ਸਨ। ਉਹਨਾਂ ਦੇ ਵਡੇਰੇ ਹਿੰਦੂ ਸਨ, ਪਰ ਹਾਕਮਾਂ ਦੇ ਜ਼ਬਰ ਜ਼ੁਲਮ ਕਰਕੇ ਉਹ ਮੁਸਲਮਾਨ ਹੋ ਗਏ ਸਨ, ਪਰ ਹਲੇ ਵੀ ਉਹ ਦੋਹਾਂ ਧਰਮਾਂ ਨੂੰ ਪਿਆਰ ਕਰਦੇ ਸਨ। ਇਹੋ ਕਾਰਨ ਸੀ ਕਿ ਉਹਨਾਂ ਦੀ ਜਾਗੀਰ ਵਿੱਚ ਕਿਸੇ ਪ੍ਰਕਾਰ ਦਾ ਜ਼ੁਲਮ ਨਹੀਂ ਸੀ ਹੁੰਦਾ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਰਾਏ ਬੁਲਾਰ ਬਹੁਤ ਖੁਸ਼ ਹੋਏ। ਬਾਲਾ ਪ੍ਰੀਤਮ ਜਦ ਇਕੱਲੇ ਹੁੰਦੇ ਤਾਂ ਚੌਂਕੜਾ ਮਾਰ ਕੇ ਸਿਮਰਨ ਵਿੱਚ ਜੁੜ ਜਾਂਦੇ ਅਤੇ ਕਾਫੀ ਸਮਾਂ ਇਸ ਤਰ੍ਹਾਂ ਬੈਠੇ ਰਹਿੰਦੇ। ਗੁਰੂ ਸਾਹਿਬ ਜੀ ਕਿਸੇ ਕੋਲੋਂ ਵੀ ਸੰਗਦੇ ਜਾਂ ਡਰਦੇ ਨਹੀਂ ਸਨ। ਗੁਰੂ ਸਾਹਿਬ ਇਸ ਗੱਲ ਤੋਂ ਕਦੀ ਵੀ ਨਹੀਂ ਘਬਰਾਉਂਦੇ ਸਨ ਕਿ ਲੋਕ ਉਹਨਾਂ ਬਾਰੇ ਕੀ ਸੋਚਣਗੇ। ਗੁਰੂ ਸਾਹਿਬ ਹਰ ਪ੍ਰਕਾਰ ਦੇ ਡਰ ਅਤੇ ਭੈ ਤੋਂ ਰਹਿਤ ਸਨ। ਇਹੋ ਕਾਰਨ ਸੀ ਕਿ ਉਹਨਾਂ ਨੂੰ ਕੋਈ ਆਪਣੇ ਮਗਰ ਨਹੀਂ ਲਾ ਸਕਿਆ, ਪਰ ਹਰ ਕੋਈ ਉਹਨਾਂ ਦੇ ਪਿੱਛੇ ਲੱਗ ਜਾਂਦਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਦੀ ਵੀ ਗੁੱਸਾ ਨਹੀਂ ਸੀ ਆਉਂਦਾ। ਉਹਨਾਂ ਦਾ ਬਚਪਨ ਇਸੇ ਕਰਕੇ ਅਨੋਖਾ ਸੀ। ਗੁਰੂ ਸਾਹਿਬ ਹਰ ਵੇਲੇ ਪ੍ਰਸੰਨ ਰਹਿੰਦੇ ਅਤੇ ਹਰ ਕੋਈ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਖੁਸ਼ ਹੋ ਜਾਂਦਾ।